ਤਲਵਾਰਾਂ ਦੀ ਨੋਕ ਤੇ ਪਹਿਲਾਂ ਕੀਤੀ 80 ਲੱਖ ਦੀ ਲੁੱਟ, ਫਿਰ ਗਲੀ 'ਚ ਵੜ ਗਏ ਲੁਟੇਰੇ। ਵੇਖੋ ਕੀ ਹੋਇਆ ਅਜਿਹਾ ਕਿ ਤਲਵਾਰ ਸੁੱਟ ਕੇ ਹੋਏ ਫਰਾਰ। ਤਾਂ ਦੱਸ ਦੇ ਕਿ ਇੱਕ ਦੁਕਾਨ ਦੇ ਵਿੱਚ ਪਹਿਲਾਂ 2 ਸਕੂਟੀ ਸਵਾਰਾਂ ਵੱਲੋਂ 70 ਤੋਂ 80 ਲੱਖ ਰੁਪਏ ਦੀ ਲੁੱਟ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ ਜਦ ਇਹ ਮੌਕੇ ਤੋਂ ਫਰਾਰ ਹੋਣ ਲੱਗਦੇ ਨੇ ਤਾਂ ਇੱਕ ਗਲੀ ਦੇ ਵਿੱਚ ਵੜ ਜਾਂਦੇ ਨੇ। ਪਰ ਉੱਥੇ ਕੁਝ ਅਜਿਹਾ ਹੋ ਜਾਂਦਾ ਹੈ ਕਿ ਇਹ ਮੌਕੇ ਤੋਂ ਤਲਵਾਰ ਸੁੱਟ ਕੇ ਵਾਪਸ ਭੱਜ ਜਾਂਦੇ ਨੇ। ਤਾਂ ਇਹ ਲੁਟੇਰੇ ਭੱਜਦੇ ਹੋਏ CCTV ਕੈਮਰੇ ਦੇ ਵਿੱਚ ਵੀ ਕੈਦ ਹੋਏ ਨੇ। ਤਾਂ ਦੱਸਦੇ ਕਿ ਪੂਰਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ, ਜਿੱਥੇ ਦਿਨ ਦੇ ਹੜੇ 2 ਲੁਟੇਰੇ ਇੱਕ ਚਿੱਟੇ ਰੰਗ ਦੀ ਐਕਟਿਵਾ ਤੇ ਸਵਾਰ ਹੋ ਕੇ ਆਉਂਦੇ ਨੇ, ਜਿਸ ਤੋਂ ਬਾਅਦ ਇਹ ਤਲਵਾਰਾਂ ਅਤੇ ਬੰਦੂਕ ਦੀ ਨੋਕ ਤੇ ਉਸ ਦੁਕਾਨਦਾਰ ਦੇ ਕੋਲੋਂ 70 ਤੋਂ 80 ਲੱਖ ਰੁਪਏ ਦੀ ਲੁੱਟ ਕਰਦੇ ਨੇ। ਤਾਂ ਜਦੋਂ ਇਹ ਸਕੂਟੀ ਤੇ ਸਵਾਰ ਹੋ ਕੇ ਭੱਜ ਰਹੇ ਹੁੰਦੇ ਨੇ ਤਾਂ ਇੱਕ ਗਲੀ ਦੇ ਵਿੱਚ ਵੜ ਜਾਂਦੇ ਨੇ, ਪਰ ਅੱਗੇ ਜਾ ਕੇ ਇਹਨਾਂ ਨੂੰ ਆਪਣੀ ਸਕੂਟੀ ਹੈ ਜਿਹੜੀ ਉਹ ਰੋਕਣੀ ਪੈ ਜਾਂਦੀ ਹੈ, ਕਿਉਂਕਿ ਅੱਗੇ ਇਹ ਗਲੀ ਬੰਦ ਹੁੰਦੀ ਹੈ, ਜਿਸ ਕਾਰਨ ਇਹ ਮੌਕੇ ਤੇ ਘਬਰਾ ਜਾਂਦੇ ਨੇ ਤੇ ਆਪਣੀ ਤਲਵਾਰ ਸੁੱਟ ਕੇ ਫਰਾਰ ਹੋ ਜਾਂਦੇ ਨੇ। ਤਾਂ ਇਸ ਸੰਬੰਧੀ ਦੁਕਾਨਦਾਰ ਨੇ ਦੱਸਿਆ ਕਿ ਉਸਦੇ 70 ਤੋਂ 80 ਲੱਖ ਰੁਪਏ ਦੀ ਨਕਦੀ ਇਹਨਾਂ ਦੇ ਵੱਲੋਂ ਲੁੱਟੀ ਗਈ ਸੀ ਤੇ ਇਸ ਤੇ ਹਮਲਾ ਕੀਤਾ ਗਿਆ ਸੀ, ਪਰ ਬਚਾ ਰਿਹਾ ਕੋਈ ਵੀ ਸੱਟ ਨਹੀਂ ਲੱਗੀ। ਤਾਂ ਦੱਸਦੇ ਕਿ ਲੁਟੇਰੇ ਜਦ ਇਹ ਨਕਦੀ ਲੈ ਕੇ ਫਰਾਰ ਹੋ ਰਹੇ ਸੀ ਤਾਂ ਇੱਕ ਬੰਦ ਗਲੀ ਦੇ ਵਿੱਚ ਵੜ ਜਾਂਦੇ ਆ, ਜਿਸ ਕਾਰਨ ਇਹਨਾਂ ਨੂੰ ਉੱਥੋਂ ਵਾਪਸ ਮੁੜਨਾ ਪੈਂਦਾ ਹੈ ਤੇ ਇਹ ਘਬਰਾ ਜਾਂਦੇ ਨੇ ਤੇ ਆਪਣੀ ਤਲਵਾਰ ਸੁੱਟ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ, ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਪਾਰਟੀ ਵੀ ਪਹੁੰਚਦੀ ਹੈ ਤੇ ਉਹਨਾਂ ਦੇ ਵੱਲੋਂ ਹੁਣ CCTV ਦੇ ਆਧਾਰ ਤੇ ਇਹਨਾਂ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ। ਅੱਜ ਇਹਦੇ ਕੋਲੇ 2 ਸ਼ਖਸ ਆਏ ਕਰੀਬ 12:30 ਤੋਂ 1 ਵਜੇ ਦੇ ਵਿੱਚ, ਜਿਹੜੇ ਅੰਦਰ ਜਾ ਕੇ ਉਹਨੂੰ ਕਹਿੰਦੇ ਵੀ ਅਸੀਂ ਕੁਝ ਪੈਸੇ ਚੇਂਜ ਕਰਾਉਣੇ ਆ, ਨੋਟ ਚੇਂਜ ਕਰਾਉਣੇ ਆ। ਉਹਨੇ ਜਦੋਂ ਇਸ ਗੱਲ ਦੀ ਹਾਮੀ ਭਰੀ ਤਾਂ ਇੱਕ ਬੰਦਾ ਅਸੀਂ CCTV ਦੀ ਫੁਟੇਜ ਦੇ ਵਿੱਚ ਦੇਖ ਰਹੇ ਹਾਂ, ਉਹਦੇ ਹੱਥ ਦੇ ਵਿੱਚ ਬਿਲਕੁਲ ਸ਼ਰੇਆਮ ਉਹਨੇ ਕਿਰਪਾਨ ਫੜੀ ਹੋਈ ਹੈ ਭਰੇ ਬਾਜ਼ਾਰ ਦੇ ਵਿੱਚ। ਬਾਜ਼ਾਰ ਸਾਰਾ ਚੱਲ ਰਿਹਾ, ਤੁਸੀਂ ਦੇਖ ਸਕਦੇ ਹੋ, ਹਰ 5 ਮਿੰਟ ਬਾਅਦ 150 ਬੰਦਾ ਲੰਘ ਰਿਹਾ। ਉਹਨੇ ਮਤਲਬ ਦੂਸਰੇ ਬੰਦੇ ਨੇ ਆਪਣੀ ਕਾਰਵਾਈ ਕਰਨ ਤੋਂ ਬਾਅਦ ਦੂਸਰੇ ਨੂੰ ਇਸ਼ਾਰਾ ਕੀਤਾ, ਅੰਦਰ ਕਿਰਪਾਨ ਲੈ ਕੇ ਦੁਕਾਨਦਾਰ ਦੇ ਉੱਪਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਦੁਕਾਨਦਾਰ ਨੇ ਆਪਣਾ ਬਚਾਅ ਕਰਨ ਲਈ, ਪਰ ਫਿਰ ਵੀ ਉਹਦੀ ਕਿਤੇ ਨਾ ਕਿਤੇ ਲੱਗ ਗਈ। ਦੇਖੋ ਜਿਹੜੀ ਇਹ ਸਰਕਾਰ ਹੈ, ਪ੍ਰਸ਼ਾਸਨ ਹੈ, ਮੈਨੂੰ ਨਹੀਂ ਲੱਗਦਾ ਵੀ ਮੈਨੂੰ ਲੱਗਦਾ ਚਲਾਨ ਕੱਟਣ ਤੋਂ ਬਿਨਾਂ ਮੈਨੂੰ ਨਹੀਂ ਲੱਗਦਾ ਕੋਈ ਕੰਮ ਕਰ ਰਹੇ ਆ। ਜੋ ਇਸ ਟਾਈਮ ਸ਼ਹਿਰ ਦੇ ਹਾਲਾਤ ਹੈ, ਅੱਜ ਤੋਂ ਕੱਲ੍ਹ ਇੱਕ ਮਾਤਾ ਦੀਆਂ ਬਾਲੀਆਂ ਖੋ ਕੇ ਲੈ ਗਏ। ਅੱਜ ਤੁਸੀਂ ਦੇਖੋ ਸ਼ਰੇਆਮ ਭਰੇ ਬਾਜ਼ਾਰ ਦੇ ਵਿੱਚ ਇੱਕ ਦੁਕਾਨਦਾਰ ਨਾਲ 1 ਲੱਖ ਰੁਪਏ ਦੇ ਕਰੀਬ, 80,000 ਰੁਪਏ ਤੋਂ ਕੈਸ਼ ਤੇ 20,000 ਰੁਪਏ ਦਾ ਕੋਈ ਸਮਾਨ, 1 ਲੱਖ ਰੁਪਏ ਦੇ ਕਰੀਬ ਉਹਦੇ ਤੇ ਉਹ ਲੈ ਕੇ ਚਲੇ। ਖੌਫ ਦੇਖੋ ਜੀ, ਉਹਦਾ ਭਰਾ ਆ, ਉਹਦੀ ਮਾਤਾ ਰੋਂਦੀ ਆਈ, ਉਹਦਾ ਭਰਾ ਕਹਿੰਦਾ ਅਸੀਂ ਕੋਈ ਕਾਰਵਾਈ ਨਹੀਂ ਕਰਨੀ, ਅਸੀਂ ਕਿਸੇ ਮੀਡੀਆ ਨੂੰ ਕੋਈ ਬਿਆਨ ਨਹੀਂ ਦੇਣਾ, ਹੋ ਸਕਦਾ ਸਾਨੂੰ ਕੋਈ ਗੋਲੀ ਵੀ ਮਾਰ ਸਕਦਾ, ਕਹਿੰਦਾ ਅਸੀਂ ਨਹੀਂ ਕੋਈ ਕਾਰਵਾਈ ਕਰਨੀ, ਆਪਦੇ ਭਰਾ ਨੂੰ ਕਲੀਅਰ ਕਹਿ ਕੇ ਗਿਆ। ਦੇਖੋ ਜੀ, ਇੱਕ ਤਾਂ ਇਹ ਹੁਣ ਜਦੋਂ ਜਿਹਦੇ ਨਾਲ ਵਿਚਾਰੇ ਨਾਲ ਵਾਰਤਾ ਤੁਸੀਂ, ਉਹ ਡਰੇ ਹੀ ਇੰਨਾ ਪਿਆ, ਇਹਦੇ 'ਚ ਮਾਰਕੀਟ ਵੀ ਕੀ ਕਰੂਗੀ, ਠੀਕ ਹੈ ਨਾ ਜੀ। ਅਗਰ ਉਹ ਸਾਡਾ ਸਾਥ ਦਿੰਦਾ, ਅਸੀਂ ਉਹਦੇ ਸਾਥ ਦੇਣ ਨੂੰ ਤਿਆਰ ਹਾਂ, ਅਸੀਂ ਉਹਦੇ ਨਾਲ ਇੱਥੇ ਧਰਨਾ ਲਾਉਣ ਨੂੰ ਤਿਆਰ ਹਾਂ, ਬਾਜ਼ਾਰ ਬੰਦ ਕਰਨ ਨੂੰ ਤਿਆਰ ਹਾਂ। ਮੈਣਾ ਚੌਂਕ ਦੇ ਵਿੱਚ ਮਨੀ ਐਕਸਚੇਂਜਰ ਦੀ ਇੱਕ ਦੁਕਾਨ ਸੀਗੀ, ਜਿਹੜੇ ਵਿਆਹ ਸ਼ਾਦੀ ਵਾਸਤੇ ਜਿਹੜੇ ਨਵੇਂ ਨੋਟਾਂ ਦੇ ਹਾਰ ਹੁੰਦੇ ਆ ਉਹ ਵੀ ਬਣਾਉਣ ਦਾ ਉਹ ਕੰਮ ਕਰਦੇ ਹੈਗੇ ਆ। ਅੱਜ ਇੱਥੇ 3 ਦਿਹਾੜੇ ਵਾਰਦਾਤ ਹੋਈ ਹੈ, ਐਕਟਿਵਾ ਦੇ ਉੱਤੇ, ਚਿੱਟੇ ਰੰਗ ਦੀ ਐਕਟਿਵਾ ਦੇ ਉੱਤੇ 2 ਬੰਦੇ ਲੁਟੇਰੇ ਜਿਹੜੇ ਇੱਥੇ ਆਏ, ਉਹਨਾਂ ਦੇ ਮੂੰਹ ਦੇ ਉੱਤੇ ਰੁਮਾਲ ਬੰਨੇ ਹੋਏ ਸੀਗੇ, ਉਹਨਾਂ ਦੇ ਕੋਲ ਤਲਵਾਰ ਵੀ ਸੀਗੀ ਤੇ ਦੁਕਾਨਦਾਰ ਦੇ ਅਨੁਸਾਰ ਉਹਨਾਂ ਨੇ ਇੱਕ ਨੇ ਉਹਦੇ ਗਲੇ ਤੇ ਤਲਵਾਰ ਰੱਖ ਲਈ, ਦੂਸਰਾ ਇਹਨੇ ਪਿਸਟਲ ਕੱਢ ਲਈ ਤੇ ਉਹ ਸਾਰਾ ਜਿੰਨਾ ਕੈਸ਼ ਸੀਗਾ, ਜਿੰਨੇ ਕੋਈ ਹਾਰ ਸੀਗੇ ਉਹ ਲੈ ਕੇ ਉਹ ਇੱਥੋਂ ਦੀ ਉਹ 2 ਮਿੰਟਾਂ ਦੇ ਵਿੱਚ ਹੀ ਵਾਰਦਾਤ ਨੂੰ ਅੰਜਾਮ ਦੇ ਕੇ ਉਹ ਇੱਥੋਂ ਦੀ ਫਰਾਰ ਹੋ ਗਏ। ਪਹਿਲਾਂ ਉਹ ਇੱਥੋਂ ਦੇ ਨਾਲ ਫਕੀਰ ਚੰਦ ਅਲੀ ਗਲੀ ਦੇ ਵਿੱਚ ਇੱਥੇ ਵੜ ਗਏ, ਅੰਦਰ ਜਿਹੜੀ ਇੱਥੇ ਇੱਕ ਪੀਰਖਾਨਾ ਬਣਿਆ ਹੋਇਆ ਉਹ ਬੰਦ ਗਲੀ ਹੈ, ਉਹਦੇ ਵਿੱਚੋਂ ਵੜ ਕੇ ਜਦੋਂ ਉਹਨਾਂ ਨੇ ਦੇਖਿਆ ਵੀ ਗਲੀ ਬੰਦ ਹੈ ਤਾਂ ਉਹ ਆਪਦੀ ਤਲਵਾਰ ਉੱਥੇ ਸੁੱਟ ਕੇ ਜਿਹੜਾ ਉਹ ਵਾਪਸੀ ਉੱਥੋਂ ਫਰਾਰ ਹੋ ਗਏ। ਪਤਾ ਨਹੀਂ ਤਲਵਾਰ ਸੁੱਟੀ ਹੈ ਜਾਂ ਉਹਨਾਂ ਦੀ ਡਿੱਗ ਗਈ, ਜਾਂ ਉਹਨਾਂ ਦੀ ਡਿੱਗ ਗਈ। ਉਹ ਮੌਕੇ ਦੇ ਉੱਤੇ ਪਹਿਲਾਂ PCR ਦੀ ਟੀਮ ਆ ਗਈ ਸੀ, ਹੁਣ ਥਾਣਾ ਕਤਵਾਲੀ ਦੇ SHO ਆਪ ਸਾਰੀ ਟੀਮ ਦੇ ਨਾਲ ਇੱਥੇ ਆਏ ਆ ਤੇ ਮੁਆਇਨਾ ਕਰ ਰਹੇ ਆ। CCTV ਦੇ ਵਿੱਚ ਜਿਹੜੀ ਉਹਨਾਂ ਦੀ ਸਕੂਟਰੀ ਵਗੈਰਾ ਤੇ ਉਹ ਲੁੱਟ ਕੇ ਲੈ ਕੇ ਜਾਂਦੇ ਹੋਏ, ਇਸ ਤਰ੍ਹਾਂ ਦੀ ਸਾਰੀ ਕਵਰੇਜ ਜਿਹੜੀ ਉਹ CCTV ਕੈਮਰੇ ਦੇ ਵਿੱਚ ਉਹ ਹੋ ਗਈ ਹੈਗੀ। ਆਪਣਾ 60-70 ਹਜ਼ਾਰ ਰੁਪਏ ਦੀ ਖੋ ਹੋਈ ਆ,
ਅਸੀਂ ਇਹ ਮੁਕਦਮਾ ਦਰਜ ਕਰ ਰਹੇ ਹਾਂ ਤੇ ਇਸ ਨੂੰ ਪ੍ਰੈਸ ਕਰ ਰਹੇ ਹਾਂ, ਬਹੁਤ ਜਲਦੀ ਬੰਦੇ ਫੜ ਲਵਾਂਗੇ। ਸੀਸੀਟੀਵੀ ਸਾਹਮਣੇ ਆਇਆ ਕਿੰਨੇ ਲੋਕ ਸੀਗੇ ਤੇ ਕੀ ਕੁਝ ਇਹਨਾਂ ਕੋਲ ਰਿਕਵਰ ਹੋਇਆ? ਦੋ ਜਣੇ ਸੀਗੇ ਇਹ, ਔਰ ਜਿਹੜੇ ਇਹਨਾਂ ਦੇ ਕੋਲ ਇੱਕ ਕਿਰਪਾਨ ਸੀਗੀ ਉਹ ਇੱਥੇ ਸੱਟ ਕੇ ਭੱਜ ਗਏ ਆ, ਉਹ ਅਸੀਂ ਰਿਕਵਰ ਕਰ ਲਈ ਹੈ। ਬਾਕੀ ਇਹਨਾਂ ਦੇ ਪਿੱਛੇ ਅਸੀਂ ਦੇਖ ਰਹੇ ਹਾਂ ਬਹੁਤ ਜਲਦੀ ਇਹਨਾਂ ਨੂੰ। ਨਹੀਂ ਨਹੀਂ ਪਿਸਤੌਲ ਵਗੈਰਾ ਕੁਛ ਨਹੀਂ ਸੀਗਾ।